ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿੱਠਾ ਜੀ ਵੱਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਅਜੀਬ ਮਾਮਲਾਤ ਨੇ ਮਾਈਆਂ ਜਿਹੜੀਆਂ ਨੇ ਉਹ ਛੁੱਟਦੀਆਂ ਨੇ ਪਈਆਂ ਇਹ ਤਰੀਕੇ ਇਨਸਾਫ ਦੀਆਂ ਮਾਈਆਂ ਅਸੀਂ ਤੁਹਾਨੂੰ ਦੱਸਿਆ ਇਸ ਪਹਿਲੀ ਵੀਡੀਓ ਦੇ ਵਿੱਚ ਰੁਬੀਨਾ ਜਮੀਲ ਜਿਹੜੀ ਮਾਈ ਸੀ ਉਹ ਜਰਨੈਲ ਇੱਕ ਦੀ ਬੁੱਢੀ ਉਹ ਉਹਨੂੰ ਅਦਾਲਤ ਨੇ ਜ਼ਮਾਨਤ ਦਿੱਤੀ ਹੁਣ ਪਤਾ ਨਹੀਂ ਛੁੱਟਦੀ ਏ ਕਿ ਨਹੀਂ ਛੁੱਟਦੀ ਇਹ ਤੇ ਹੁਣ ਪਤਾ ਲੱਗੇਗਾ ਬਈ ਲੇਕਿਨ ਮੈਂ ਮਹਿਕਮਾਂਗਾ ਕਿ ਸ਼ਾਹ ਜੀ ਇਹਨੂੰ ਛੁੱਟਣ ਨਹੀਂ ਦੇਣਾ ਇਹ ਇਹਨੂੰ ਤੁਹਾਨੂੰ ਪਤਾ ਹੈ ਕਿ ਕਿੰਨਾ ਜ਼ੁਲਮ ਕੀਤਾ ਹੈ ਉੱਥੇ ਇੱਕ ਹੋਰ ਕਮਾਂਡਰ ਹਾਊਸ ਤੇ ਉੱਤੇ ਜਾ ਕੇ ਸਾਰਾ ਸਾਖ ਤਬ ਤੇ ਇਹਦੇ ਨਾਲ ਨਾਲ ਪੀਰਨੀ ਦੇ ਬਾਰੇ ਵੀ ਬੜੀਆਂ ਖਬਰਾਂ ਆ ਰਹੀਆਂ ਨੇ ਕਿ ਪੀਰਨੀ ਵੀ ਤਿਆਰ ਹੋ ਗਈ ਦਿਨ ਨੂੰ ਉਹ ਇੰਟਰਵਿਊ ਯਾ ਸਬੂਤ ਗਵਈ ਇਹ ਚੀਜ਼ਾਂ ਸਾਰੀਆਂ ਦੇਣ ਨੂੰ ਤਿਆਰ ਹੋ ਗਈ ਕਿਉਂਕਿ ਪੀਰਨੀ ਵੀ ਡੁੱਬੀ ਪਈ ਹੈ ਨਾ ਗੋਡੇ-ਗੋਡੇ ਨੱਕ-ਨੱਕ ਗਲਮੇ-ਗਲਮੇ ਡੁੱਬੀ ਪਈ ਹੈ ਕ੍ਰਾਪਸ਼ਨ ਐ ਚ ਇੱਕ ਮੁਕਦਮਾ ਐ ਚ ਦੋ ਨੰਬਰੀਆਂ ਐ ਚ ਜੈਲੀ ਨਿਕਾਹ ਐ ਚ ਪੀਰਨੀ ਬਿਲਕੁਲ ਖਤਮ ਹੋਈ ਪਈ ਹੈ ਤੇ ਉਹ ਵੀ ਹੁਣ ਦੇਣ ਨੂੰ ਤਿਆਰ ਹੈ ਹੁਣ ਵੇਨਿਆ ਬੈ ਕਦੋਂ ਦਿੰਦੀ ਰੌਲਾ ਦੇ ਇਹ ਪੈ ਗਿਆ ਕੋਈ ਗੱਟਮਟ ਹੋ ਗਈ ਹੈ ਮਨੇਕਾ ਔਰ ਪੀਰਨੀ ਇਹ ਦੋਵੇਂ ਇਕੋ ਮਿਕੋ ਹੋ ਗਏ ਨੇ ਨਿਆਜ਼ੀ ਨੂੰ ਵਿੱਚੋਂ ਕੱਢ ਦਿੱਤਾ ਨੇ ਤੇ ਹੁਣਾਂ ਦੇ ਨੇ ਕਿ ਨਿਆਜ਼ੀ ਜਿਹੜਾ ਹੈ ਸਾਡੇ ਗਲੇ ਦੀ ਹੱਡੀ ਸੀ ਤੇ ਗਲੇ ਦੀ ਹੱਡੀ ਸੀ ਤੇ ਰਲ ਕੇ ਕਿਉਂ ਗਲੇ ਪਾਈ ਸੀ ਦੋਹਾਂ ਰਲ ਕੇ ਪਾਈ ਸੀ ਨਾ ਗਲੇ 'ਚ ਕੀ ਸੀ ਸਾਡੀ ਰਸਾਈ ਉੱਥੇ ਤੱਕ ਪਹੁੰਚ ਜਾਏਗੀ ਜਿੱਥੇ ਅਸੀਂ ਪਹੁੰਚਣਾ ਤੇ ਪਿੱਛੇ ਫੈਜ਼ ਅਮੀਦ ਸੀ ਅੱਛਾ ਤੇ ਇਹਦੇ ਦੌਰਾਨ ਹੀ ਵੱਡੀਆਂ ਖਬਰਾਂ ਜਿਹੜੀਆਂ ਨੇ ਵੱਡੇ ਇਨਕਸ਼ਾਫਾਤ ਇਹ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਚੁੱਕੇ ਹਾਂ ਯਕੀਨ ਕਰੋ ਕਿ ਬੜਾ ਦਰਦਰਾਕ ਮਾਮਲਾ ਹੈ ਹਰ ਰੋਜ਼ ਪਾਕ ਫੌਜ ਦੇ ਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਰਹੇ ਨੇ ਔਰ ਇੱਕ ਐਸੀ جنگ ਦੇ ਵਿੱਚ ਸਾਨੂੰ Imran Khan ਔਰ Faiz Ahmed ਨੇ ਧਕੇਲ ਦਿੱਤਾ ਹੈ ਜਿਹੜੀ ਅਸੀਂ ਜਿੱਤ ਚੁੱਕੇ ਸਾਂ ਔਰ ਉਹ جنگ ਅਸੀਂ ਅਸੀਂ ਸੁਰਖਰੂ ਹੋ ਚੁੱਕੇ ਸਾਂ ਜਿੱਤ ਚੁੱਕੇ ਸਾਂ ਔਰ ਆਪਣੇ ਮੁਲਕ ਦੇ ਵਿੱਚੋਂ ਇਹ دہشت گردی ਸਾਫ਼ ਕਰ ਚੁੱਕੇ ਸਾਂ Nawaz Sharif ਦੇ ਦੌਰ ਚ ਇਹ ਸਾਨੂੰ ਉਸ ਫਿਰ ਦਲਦਲ ਦੇ ਵਿੱਚ ਇਹਨਾਂ ਦੋਹਾਂ ਨੇ ਫਸਾ ਦਿੱਤਾ ਔਰ ਮੈਂ बार-बार यही ਗੱਲ ਕਰਨਾ ਕਿ ਸ਼ਾਹ ਜੀ ਚਲੋ ਇਹ ਅਸੀਂ ਫਿਰ ਇਹ ਜੰਗ ਲੜ ਲਾਂਗੇ ਪਤਾ ਨਹੀਂ ਕਿੰਨੀਆਂ ਸ਼ਹਾਦਤਾਂ ਹੋਣਗੀਆਂ ਅਸੀਂ ਫਿਰ ਜਿੱਤ ਲਾਂਗੇ ਸੁਰਖਰੂ ਹੋ ਜਾਾਂਗੇ ਲੇਕਿਨ ਇਹ ਜਿਹੜੇ ਦੋ ਨੇ ਸਬਬ ਇਹਨਾਂ ਦਾ ਕੀ ਕਰਨਾ ਕਿਉਂ ਨਾ ਸਭਨ ਤੋਂ ਪਹਿਲੇ ਇਹਨਾਂ ਦੋਹਾਂ ਨੂੰ ਉੱਤਾਂ ਚਾੜੀਏ ਔਰ ਇਸੇ ਇਸੇ ਸਬਾਬ ਵਿੱਚ ਹੀ ਚਾੜੀਏ ਕਿ ਜੀ ਇਹ ਦੋ ਬੰਦੇ ਸੀ ਜਿਹੜੇ ਇਹਨਾਂ ਨੂੰ ਲੈ ਕੇ ਆਏ ਸੀ ਤੇ ਲਿਹਾਜ਼ਾ ਅਸੀਂ ਇਹਨਾਂ ਨੂੰ ਉੱਤਾਂ ਚਾੜਨ ਲੱਗ ਗਏ ਅਗਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਪੁੱਛ ਲਓ ਇੰਨੀ ਕੁ ਤਾਂ ਸਾਰੀ ਗੱਲ ਨਾ ਬੱਚੇ-ਬੱਚੇ ਨੂੰ ਪਤਾ ਕੋਈ ਇੱਥੇ ਕਿਸੇ ਸ਼ਾਇ ਦੀ ਲੋੜ ਹੈ ਕਿਸੇ ਸਬੂਤ ਦੀ ਕਿਸੇ ਵੀਡੀਓ ਦੀ ਕਿਸੇ ਕੈਮਰੇ ਦੀ ਦੋਨਾਂ ਨੂੰ ਇਕੱਠਿਆਂ ਕਰੋ ਖਲਾਰੋ ਖਲਾਰ ਕੇ ਕਬੂਜੀ ਆ ਦੋ ਬੰਦੇ ਸੀ ਜਿਹੜੇ ਐ ਦਸਤ ਕਰਦੀ ਲੈ ਕੇ ਆ ਸੀ ਲਿਆਦਾ ਅਸੀਂ ਉਤਾ ਚੜਨ ਲੱਗੇ ਕਿਸੇ ਦਾ ਕੋਈ ਸਵਾਲ ਹੈ ਤਾਂ ਸਵਾਲ ਕਰ ਲਓ ਗੱਲ ਖਤਮ ਇਧਰ ਚਾਗੀ ਵਾਲੇ ਪਾਸੇ ਲੈ ਜਾਓ ਜਿੱਥੇ ਤਮਾਕੀ ਨਹੀਂ ਸੀ ਕਿਤੇ ਨਵਾਸ਼ ਸੀ ਚਾਗੀ ਦੇ ਪਹਾੜ ਤੇ ਲੈ ਜਾਓ ਦੋਹਾਂ ਨੂੰ ਧੱਕਾ ਦਿਓ ਫੈਜ਼ ਮੀਦ ਨੂੰ ਵੀ ਤੇ ਨਿਆਜ਼ੀ ਨੂੰ ਤੇ ਅੱਲਾਹ ਅੱਲਾਹ ਤੇ ਖੈਰ ਸੱਲਾ ਨਾ ਉਸਾ ਕਿ ਟੋਲਾ ਹੋਸੀ ਤੇ ਨਾ ਰੋਲਾ ਪੋਸੀ ਜੰਗ ਤੇ ਸੀ ਇਹ ਜੇਤੀ ਲੈਣੀ ਲੇਕਿਨ ਸ਼ਹਾਦਤਾਂ ਪਤਾ ਨਹੀਂ ਕਿੰਨੀਆਂ ਕੋਸੇ ਦੇਣੀ ਐ ਇਸ ਪਾਸੇ ਸੋਚੋ ਸਰ ਜੀ ਇਹ ਦੋ ਬੰਦਿਆਂ ਦੇ ਹੁੰਦਿਆਂ ਇਹ ਇਹ ਖਾਤਾ ਨਹੀਂ ਖਤਮ ਹੋਣਾ ਜੋ ਮਰਜ਼ੀ ਕਰ ਲਓ ਤੁਸੀਂ ਇਹ ਨਹੀਂ ਖਾਤਾ ਖਤਮ ਹੋਣਾ ਠੀਕ ਹੋ ਗਿਆ ਨਾ ਜੀ ਅੱਛਾ ਜੀ ਖਬਰਾਂ IDM ਲੈ ਕੇ ਤੁਹਾਡੀ خدمت ਚਾਦਰ ਆਇਆ ਤਰੀਕ ਇਨਸਾਫ ਇੰਡੀਆ ਦੇ ਵਿੱਚ ਬ੍ਰਾਂਚ ਫੜੀ ਗਈ ਅੱਲਾ ਨਵਰਾ ਫੜਿਚ ਪੈ ਗਏ ਉਸੇ ਅਗੇ ਇਸਰਾਇਲ ਪੁੱਤਨੇ ਪਿਆ ਇੰਡੀਆ ਵਿੱਚ ਨਵਾਂ ਮੈਦਾਨ ਦੇ ਵਿੱਚ ਆ ਗਿਆ ਇੰਡੀਆ ਦੇ ਵਿੱਚ ਤਰੀਕੇ ਇਨਸਾਫ ਦੀ ਬ੍ਰਾਂਚ ਫੜੀ ਗਈ ਤੇ ਸ਼ਿਦੇ ਟੱਲੀ ਨੂੰ ਮਾਫੀ ਇਹ ਕੀ ਖਬਰਾਂ ਨੇ ਇਹ ਤੁਹਾਨੂੰ ਦੱਸਦੇ ਆਂ ਅੜਿਆਲਾ ਜੇਲ੍ਹ ਦੇ ਵਿੱਚ ਘੜੀ ਚੋਰ ਦੇ ਨਾਰੇ ਤੇ ਨਿਆਜ਼ੀ ਨੂੰ ਚਪੇੜਾਂ ਇਹ ਮਾਮਲਾ ਕੀ ਹੈ ਇਹ ਤੁਹਾਨੂੰ ਦੱਸਦੇ ਆਂ ਔਰ ਉਸ ਤੋਂ ਬਾਅਦ ਅਫਗਾਨੀਆਂ ਦੇ ਸ਼ਨਾਖਤੀ ਕਾਰਡ ਬਣਾਉਣ ਵਾਲਾ ਬਹੁਤ ਵੱਡਾ ਗੈਂਗ ਗ੍ਰਿਫਤਾਰ ਇਹ ਕੀ ਮਾਮਲਾਤ ਨੇ ਸਰ ਜੀ ਇਹ ਮੈਂ ਤੁਹਾਨੂੰ ਦੱਸਣਾ ਇਹ ਕੋਈ ਏਡਾ ਸਾਦਾ ਮਾਮਲਾ ਨਹੀਂ ਹੈ ਪਾਕਿਸਤਾਨ ਚਲਾਣਾ ਇਹ ਬੜੀ ਲੰਮੀ ਲੰਮੀ ਗੇਮ ਦੇ ਵਿੱਚ ਅਸੀਂ ਪਾ ਗਏ ਔਰ ਨਿਆਜ਼ੀ ਨੇ ਕਿਹਾ ਅਸੀਂ ਨਾ ਕਿ ਮੈਂ ਇਨੇ ਕੋ ਕੰਡੇ ਵਿਛਾ ਛੜਾਂਗਾ ਕਿ ਇਹ ਮੁਲਕ ਚੱਲਣ ਦੇ ਕਾਬਲ ਹੀ ਨਹੀਂ ਰਹੇਗਾ ਤੇ ਉਹ ਕੰਡੇ ਹੁਣ ਤੁਹਾਡੇ ਸਾਹਮਣੇ ਪਿਆ ਆਂਦੇ ਨੇ ਠੀਕ ਹੋ ਗਿਆ ਜਿਸ ਤੋਂ ਮੈਂ ਬਾਰ ਬਾਰ ਕਹਿਣਾ ਬਈ ਨਿਆਜ਼ੀ ਔਰ ਫੈਜ਼ ਉਮੀਦ ਨੂੰ ਇਕੱਠਿਆਂ ਕਰਕੇ ਚਾਗੀ ਦੇ ਪਹਾੜ ਦੇ ਉੱਤੇ ਲੈ ਜਾਓ ਉੱਥੇ ਜਾ ਕੇ ਧੱਕਾ ਦੇ ਦਿਓ ਗੱਲ ਖਤਮ ਉਸ ਤੋਂ ਇਲਾਵਾ ਇਹ ਮੁਲਕ ਅੱਗੇ ਨਹੀਂ ਜਾ ਸਕਦਾ ਕਈ ਦਫਾ ਕਹਿ ਚੁੱਕੇ ਹਾਂ ਸਮਝਣ ਵਾਲੇ ਸਮਝਦੇ ਕੋਈ ਨਹੀਂ ਅੱਛਾ ਜੀ ਪਹਿਲੀ ਖਬਰ ਤੋਂ ਅਸੀਂ ਸ਼ੁਰੂ ਕਰ ਲੈਨੇ ਆਂ ਅਫਗਾਨੀਆਂ ਦੇ شناختੀ ਕਾਰਡ ਬਣਾਉਣ ਵਾਲਾ ਵੱਡਾ ਗਰੋਹ ਗ੍ਰਿਫਤਾਰ ਯਕੀਨ ਕਰੋ ਕਿ ਸਾਡੇ ਅੰਦਰ ਹੀ ਦੁਸ਼ਮਣ ਤੇ ਮੌਜੂਦ ਨੇ ਪਾਕਿਸਤਾਨੀ ਹੀ ਆਪਣੇ ਦੁਸ਼ਮਣ ਬਣੇ ਪੈਣ ਉਹ ਅਸੀਂ ਅਫਗਾਨੀਆਂ ਨੂੰ ਕੀ ਰੋਣਾ ਅਸੀਂ ਹੋਰ ਕਿਸੇ ਨੂੰ ਕੀ ਰੋਣਾ ਸਾਡੇ ਆਪਣੇ ਹੀ ਸਾਡੇ ਦੁਸ਼ਮਣ ਮੁਲਕ ਤੇ ਬਣੇ ਪੈਣ ਐ ਹੁਣ ਤੁਸੀਂ ਅੰਦਾਜ਼ਾ ਲਾਓ ਬਈ ਪਖਤੂਨ ਹਾ ਦੇ ਵਿੱਚ ਤੁਸੀਂ ਕਰਪਸ਼ਨ ਦੀ ਜਰਾ ਲੱਤ ਪੱਤ ਚੈੱਕ ਕਰੋ ਬਈ ਕਿੰਨੀ ਸਰਾਇਤ ਕਰ ਚੁੱਕੀ ਹੈ ਔਰ ਕਿਸ ਤਰ੍ਹਾਂ ਅੰਦਰ ਵੜ ਚੁੱਕੀ ਹੈ ਦਿਮਾਗਾਂ ਦਿਲਾਂ ਦੇ ਵਿੱਚ ਇਹ ਕਰਪਸ਼ਨ ਜਦੋਂ ਆਇਆ Imran Khan ਆਇਆ ਇਕ ਪਹਿਲੇ ਕਦੀ ਇਸ ਇਹ ਚੀਜ਼ਾਂ ਸੁਣੀਆਂ ਸੀ ਕਿ ਇਹ ਜਿਹੜੇ ਜਿਹੜੇ ਇਨਕਸ਼ਾਫਾਤ ਜਿਹੜੇ ਜਿਹੜੇ ਲੋਕੀ ਫੜੇ ਜਾ ਰਹੇ ਨੇ ਅਸੀਂ ਤੇ ਕਦੀ ਸੁਣੇ ਹੀ ਨਹੀਂ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਇਹ ਕੰਮ ਹੋਣਗੇ ਹੁਣ ਹੁੰਦਾ ਇੰਜੇ ਕਿ ਪਖਤੂਨ ਹਾ ਦੇ ਵਿੱਚ 14 ਰੁਕਣੀ ਗਰੋ ਜਿਹੜਾ ਨਾ ਉਹ ਫੜਿਆ ਗਿਆ ਪਾਕਿਸਤਾਨੀ ਗਰੋ ਪਖਤੂਨ ਹਾ ਦੇ ਵਿੱਚ ਫੜਿਆ ਜਾਂਦਾ ਔਰ ਯੂਨੀਅਨ ਕਾਉਂਸਲ ਜਿਹਨੂੰ ਵਿਲੇਜ ਕਾਉਂਸਲ ਉੱਥੇ ਆਂਦੇ ਨੇ ਯੂਨੀਅਨ ਕਾਉਂਸਲ ਯੂਨੀਅਨ ਕਾਉਂਸਲ ਦਾ ਸੈਕਟਰੀ ਔਰ ਨਾਦਰਾ ਦੇ ਅਫਸਰਾਨ ਔਰ ਮੁਲਾਜ਼ਮੀਨ ਔਰ ਕੁਝ ਹੋਰ ਦੋ ਚਾਰ ਲੋਕ ਇਲਾਕੇ ਅਲੋਕੇ ਦੇ ਇਹ 14 ਰੁਕਨੀ ਜਿਹੜਾ ਗਰੋਹ ਸੀ ਨਾ ਇਹ ਅਫਗਾਨੀਆਂ ਨੂੰ ਸ਼ਨਾਖਤੀ ਕਾਰਡ ਬਣਾ ਕੇ ਦੇ ਰਿਹਾ ਸੀ ਅਸਲ ਅਸਲੀ ਨਾਦਰਾ ਦੇ ਸ਼ਨਾਖਤੀ ਕਾਰਡ ਕਿਉਂਕਿ ਨਾਦਰਾ ਦੇ ਅਫਸਰਾਨ ਵਿੱਚ ਸ਼ਾਮਲ ਨੇ ਯੂਨੀਅਨ ਕੌਂਸਲ ਵਾਲਾ ਵਿੱਚ ਸ਼ਾਮਲ ਹੈ ਸੈਕਟਰੀ ਸ਼ਾਮਲ ਹੈ ਸਾਰੇ ਯਾਨੀ ਕਿ ਜਿੰਨਾ ਆਮਲਾ ਇੱਕ ਹੁੰਦਾ ਨਾ ਚਾਹੀਦਾ ਹੁੰਦਾ ਕਿਸੇ ਵੀ ਖਾਤੇ ਆਸਤੇ ਉਹ ਪੂਰਾ ਖਾਤਾ ਪੂਰਾ 14 ਬੰਦੇ 14 ਬੰਦੇ ਅਫਗਾਨੀਆਂ ਨੂੰ ਸ਼ਨਾਖਤੀ ਕਾਰਡ ਬਣਾ ਕੇ ਦੇ ਰਿਆ ਸੀ 9 ਲੱਖ ਰੁਪਈਆ ਫੀ ਸ਼ਨਾਖਤੀ ਕਾਰਡ ਤੁਸੀਂ ਹੁਣ ਆਪ ਹਿਸਾਬ ਲਾ ਲਓ ਮੈਂ ਦੁਸ਼ਮਨ ਤੇ ਸਾਡੇ ਅੰਦਰ ਮੌਜੂਦ ਇਦਰੋਂ ਰਿਆਸਤ ਨੇ ਐਲਾਨ ਕੀਤਾ ਹੈ ਕਿ ਅਫਗਾਨੀ ਜਿਹੜੇ 2 ਨੰਬਰ ਨੇ ਜਿਨ੍ਹਾਂ ਕੋ ਕਾਗਜ਼ ਨਹੀਂ ਉਹ ਵਾਪਸ ਜਾਣ 14-15 ਲੱਖ ਜਿਹੜਾ ਨਾਲ ਹੀ ਤੁਹਾਡੇ ਆਪਣੇ ਮੁਲਕ ਦੇ ਪਾਕਿਸਤਾਨੀ ਲੋਕ ਉਹ ਸ਼ੁਰੂ ਹੋ ਗਏ ਆਪਣੀ ਧਰਤੀ ਦੀ شناخت ਵੇਚਣਾ ਸ਼ੁਰੂ ਕਰ ਦਿੱਤੀ شناختੀ ਕਾਰਡ ਵੇਚਣਾ ਸ਼ੁਰੂ ਕਰ ਦਿੱਤੇ ਅਸਲ ਜੈਨੂਨ ਨਾਦਰਾ ਦੇ ਬੰਦੇ ਯੂਨੀਅਨ ਕਾਉਂਸਲ ਦੇ ਬੰਦੇ ਯੂਨੀਅਨ ਕਾਉਂਸਲ ਦੇ ਸੈਕਟਰੀ ਸਾਰੇ ਮਿਲ ਕੇ 9 ਲੱਖ ਰੁਪਇਆ ਫੀਸ شناختੀ ਕਾਰਡ ਉਹ ਵੇਸ਼ਟਾ ਹੋਇਆ 14 ਰੁਕਣੀ ਗਰੋ ਫੜਿਆ ਗਿਆ ਏ ਹੁਣ ਤੁਸੀਂ ਅੱਗੋਂ ਆਪ ਹੀ ਅੰਦਾਜ਼ਾ ਲਾ ਲਓ ਅਸੀਂ ਰੋਣੇ ਆ ਅਫਗਾਨੀਆਂ ਤੇ ਸਾਡੇ ਅੰਦਰ ਹੀ ਦੁਸ਼ਮਣ ਮੌਜੂਦ ਮਤਲਬ ਹੈ ਅਸੀਂ ਉਹਨਾਂ ਨੂੰ ਕੀ ਰੋਣਾ ਸਾਡੇ ਅੰਦਰ ਮੌਜੂਦ ਹੈ ਦੁਸ਼ਮਣ ਬੈਠਾ ਪਤਾ ਨਹੀਂ ਕਿੰਨਿਆਂ ਹਜ਼ਾਰਾਂ ਲੋਕਾਂ ਨੂੰ ਇਸਨਾਖਤੀ ਕੜ ਬਣਾ ਕੇ ਦੇ ਦੇ ਚੁਕੇ ਔਰ ਕਿੰਨੇ ਕਰੋੜ ਹਰ ਰੁਪਈਆ ਕਮਾ ਚੁਕੇ ਹੋਣਾ ਗੈਂ ਫੜਿਆ ਤੇ ਹੋਣ ਗਿਆ ਨਾ ਪਿਛਲੇ 5 ਸਾਲ ਤੋਂ ਜਿਹੜੀ ਨਿਆਜ਼ੀ ਦੀ ਪੂਰੀ ਹਕੂਮਤ ਰਹੀ ਔਰ 10 ਸਾਲ ਪਖਤੂਨ ਹਾ ਦੇ ਵਿੱਚ ਉਹਦੀ ਹਕੂਮਤ ਰਹੀ ਇਹ ਕਿੰਨੇ ਹਜ਼ਾਰਾਂ ਲੱਖਾਂ ਨੂੰ ਉਸ ਦਿੱਤੇ ਹੋਣ ਨੇ ਬਣਾ ਕੇ ਇਹ ਇਸ ਤਰ੍ਹਾਂ ਦੇ ਗੈਂਗ ਉੱਥੇ ਕਈ ਬਣੇ ਹੋਣਗੇ ਔਰ ਕੋਈ ਪੁੱਛਣ ਵਾਲਾ ਨਹੀਂ ਤੇ ਭਾਰਲ ਸलाम ਪੇਸ਼ ਕਰਨੇ ਅਸੀਂ ਆਪਣੀਆਂ ਏਜੰਸੀਆਂ ਨੂੰ ਜਿਨ੍ਹਾਂ ਨੇ ਇਹ ਗੈਂਗ ਜਿਹੜਾ ਇਹ ਫੜਿਆ ਗਰੋਹ ਫੜਿਆ 14 ਰੁਪਈਆ ਦਾ ਐਕਸ਼ਨ ਆਖਤੀ ਕਾਰਡ ਬਣਾ ਕੇ ਦੇ ਰੇ ਸੀ ਤੁਸੀਂ ਜ਼ਰਾ ਖੁਦ ਹੀ ਅੰਦਾਜ਼ਾ ਲਲਬਾ ਦੁਸ਼ਮਣ ਸਾਡੇ ਅੰਦਰ ਆਪ ਹੀ ਅਸੀਂ ਆਪਣੇ ਦੁਸ਼ਮਣ ਬਣੇ ਪਏ ਤੁਸੀਂ ਅਫਗਾਨੀਆਂ ਨੂੰ ਕੀ ਰੋਣਾ ਜਾਂ ਕਿਸੇ ਹੋਰ ਨੂੰ ਕੀ ਰੋਣਾ ਇਹ ਜਿਹੜੇ ਧਮਾਕੇ ਹੋ ਰਹੇ ਨੇ ਆ ਜਿਹੜੇ ਹਮਲੇ ਹੋ ਰਹੇ ਨੇ ਫੌਜ ਤੇ ਤੇ ਇਹ ਸਾਰੀ ਦਹਿਸ਼ਤਗਰਦੀ ਇਹਨਾਂ ਦਾ ਕੀ ਅਸੀਂ ਕੀ ਪਿਟੀਆਂ ਸਾਡਾ ਖਾਤਾ ਹੀ ਖਤਮ ਹੈ ਅੰਦਰ ਉਹ ਇਹ ਜਿਹੜੇ ਆ ਕੇ ਇੱਥੇ ਦਹਿਸ਼ਤਗਰਦੀ ਕਰਦੇ ਨੇ ਉਹਨਾਂ ਨੂੰ ਵੀ ਤੇ ਇਹਨਾਂ ਹੀ شناختੀ ਕਾਰਡ ਬਣਾ ਕੇ ਦਿੱਤੇ ਹੋਣ ਨੇ ਨਾ ਪਾਕਿਸਤਾਨ ਦੇ ਆ ਜਿਹੜਾ ਗੈਂਗ ਫੜਿਆ ਗਿਆ ਗੱਲ ਦੀ ਘਰਾਈ ਜਾਓ ਜ਼ਰਾ ਮਿੱਠਾ ਜੀ ਬਹਰਲ ਫੜੇਗਾ ਅੱਲਾ ਖੈਰ ਕਰ ਅੱਗੇ ਆਓ ਜੀ ਸਿਦਰ ਟੱਲੀ ਨੂੰ ਮਾਫੀ ਜਿਹੜੀ ਆ ਉਹ ਮਿਲ ਗਈ ਹੈ ਸਿਦਰ ਟੱਲੀ ਜਿਹੜਾ ਉਹਨੇ ਜਿਹੜੇ ਆ ਦੋ ਤਰਾ ਇੰਟਰਵਿਊ ਦੇ ਉੱਤੇ ਤੇ ਉਸ ਤੋਂ ਬਾਅਦ ਗਾਲ ਦੁੱਪੜ ਕੀਤੀ ਨਿਆਜ਼ੀ ਨੂੰ ਔਰ ਤਰੀਕੇ ਇਨਸਾਫ ਨੂੰ ਮੁਲਕ ਦੁਸ਼ਮਨ ਤੇ ਇਹ ਵੋ ਕਹਿ ਕੂਕ ਤੇ ਸ਼ੇਖ ਰਸ਼ੀਦ ਸਾਹਿਬ ਨੇ ਉਹਨਾਂ ਨੂੰ ਮਾਫੀ ਤਲਾਫੀ ਵਾਲੇ ਪਾਸੇ ਗੱਲਾਂ ਜਾਂਦੀਆਂ ਨੇ ਪਈਆਂ ਔਰ ਅਦਾਲਤਾਂ ਜਿਹੜੀਆਂ ਨੇ ਉਹਨਾਂ ਵੀ ਉਹਨਾਂ ਦੀਆਂ ਜ਼ਮਾਨਤਾਂ ਭਤੀਜੇ ਦੀਆਂ ਵੀ ਤੇ ਸ਼ੇਖ ਰਸ਼ੀਦ ਦੀਆਂ ਵੀ ਜ਼ਮਾਨਤਾਂ ਕਬੂਲ ਕਰ ਲਈਆਂ ਨੇ ਤੇ ਇਹੋ ਇਹ ਇਹ ਚਾਚਾ ਭਤੀਜਾ ਉਹ ਨੇ ਜਿਨ੍ਹਾਂ ਮਸਜਿਦ ਨਬਵੀ ਦੇ ਉੱਤੇ ਹਮਲਾ ਕੀਤਾ ਸੀ ਗਾਲਮਗਲੋਚ ਕੀਤੀ ਸੀ ਇਹ ਆਜ਼ਾਦ ਸਿਰਫ ਇਸ ਘਰ ਦੇ ਵਿੱਚ ਆ ਇਹ ਚਾਚਾ ਵੀ ਤੇ ਭਤੀਜਾ ਵੀ ਇਹਨਾਂ ਨੇ ਮਸਜਿਦ ਨਬਵੀ ਦੇ ਉੱਤੇ ਜਾ ਕੇ ਤੇ ਸ਼ਬਾਹ ਸ਼ਰੀਫ ਰੋਦੀ ਕਬੀਨਾ ਨੂੰ ਗਾਲਾਂ ਕੱਢੀਆਂ ਸੀ ਔਰ ਉੱਥੇ ਹੁੱਲੜਬਾਜ਼ੀ ਕੀਤੀ ਸੀ ਮਸਜਿਦ ਨਬਵੀ ਦੇ ਵਿੱਚ ਇਹ ਇਨਾਂ ਦੋਵਾਂ ਚਾਚੇ ਭਤੀਜੇ ਕੋਲੋਂ ਇਹ ਆਜ਼ਾਦ ਕੋਈ ਤਾਕਤ ਨਹੀਂ ਲੈ ਸਕਦੀ ਤੇ ਹੁਣ ਫਿਰ ਪਤਾ ਲੱਗਦਾ ਪਿਆ ਬਈ ਗੇਟ ਨੰਬਰ 4 ਦੇ ਨਾਲ ਇਹਦੀ ਕੋਈ ਗੱਟਮੇਟ ਹੋ ਗਈ ਹੈ ਤੇ ਜ਼ਮਾਨਤਾਂ ਹੋ ਰਹੀਆਂ ਨੇ ਤੇ ਸਾਰੇ ਕੇਸ ਖਤਮ ਹੋ ਰਹੇ ਨੇ ਤੇ ਸਾਰਾ ਕੁਝ ਹੋ ਰਿਹਾ ਹੈ ਸਹਸਮ ਅਸੀਂ ਕੀ ਕਹਿ ਸਕਦੇ ਅਸੀਂ ਤੇ ਆਵਾਜ਼ ਉਠਾ ਸਕਦੇ ਹਾਂ ਔਰ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਸ਼ਾਹ ਜੀ ਇਹਨਾਂ ਗੇਟ ਨੰਬਰ 4 ਦੇ ਨੇੜੇ ਫੜਕਰ ਨਹੀਂ ਦੇਣਾ ਔਰ ਇਲੈਕਸ਼ਨ ਦੇ ਵਿੱਚ ਵੀ ਹਿੱਸਾ ਨੂੰ ਨਹੀਂ ਲੈਣ ਦੇਣਾ ਇਹ ਵੀ ਨਾ ਲੈ ਸਿਕਵਾਂਦੇ ਠੀਕ ਹੈ ਨਾ ਮਤਲਬ ਕਿ ਇਹ ਇੱਕ ਬਦਬੂਦਾਰ ਚਿਹਰਾ ਪਾਕਿਸਤਾਨ ਦਾ ਜਿਹਦਾ ਨਾਂ ਸ਼ੇਖ ਰਸ਼ੀਦ ਹੈ ਬਦਬੂਦ ਹੀ ਆਖਰੀ ਸ਼ਕਲ ਸ਼ੇਖ ਰਸ਼ੀਦ ਮਸਜਦ ਨਬਵੀ ਦੇ ਉੱਤੇ ਹਮਲਾ ਇਸ ਕੀਤਾ ਇਸ ਬੰਦੇ ਨੇ ਆਪਣੇ ਭਤੀਜੇ ਦੇ ਨਾਲ ਮਿਲ ਕੇ ਇਹ ਅਜ਼ਾਜ਼ ਵੀ ਇਹਦੇ ਗਲੇ ਦੇ ਵਿੱਚ ਕਿਆਮਤ ਤੱਕ ਲਟਕਿਆ ਰਹੇਗਾ ਠੀਕ ਹੋ ਗਿਆ ਨਾ ਜੀ ਤੇ ਇਹਨੂੰ ਮਾਫੀ ਮਿਲਦੀ ਹੈ ਵੀ ਅਦਾਲਤਾਂ ਜ਼ਮਾਨਤਾਂ ਵੀ ਇਹ ਦਿੰਦੀਆਂ ਨੇ ਠੀਕ ਹੋ ਗਿਆ ਜੀ ਅੱਗੇ ਆਜੋ ਜੀ ਅਡੇਾਲਾ ਜੇਲ੍ਹ ਦੇ ਵਿੱਚ ਕੜੀ ਚੋਰ ਦੇ ਨਾਰੇ ਤੇ ਨਿਆਜ਼ੀ ਨੂੰ ਚਪੇੜਾ ਇਹ ਹੁਣ ਅੰਦਰ ਚਸ਼ਮਦੀਦ ਦੱਸਦੇ ਨੇ ਕਿ ਤਕਰੀਬਨ ਰੋਜ਼ਾਨਾ ਹੀ ਨਿਆਜ਼ੀ ਨੂੰ ਉੱਥੇ ਕੜੀ ਚੋਰ ਦੇ ਨਾਰੇ ਜਿਹੜੇ ਨੇ ਉਹਦੇ ਖਿਲਾਫ ਲਾਇਆ ਜਾਂਦੇ ਨੇ ਉਹਦੇ ਮੂੰਹ ਦੇ ਉੱਤੇ ਜਦੋਂ ਇਹ ਨਿਕਲਦਾ ਨਾ ਬਾਹਰ ਉਹ ਘੰਟਾ ਡੇਢ ਟਾਈਮ ਨਹੀਂ ਹੁੰਦਾ ਵਾਕ ਕਰਨ ਦਾ ਕੈਦੀ ਸਾਰੇ ਨਿਕਲੇ ਹੁੰਦੇ ਨੇ ਕੋਈ ਬਾਸਕਟਬਾਲ ਪਿਆ ਖੇਡਦਾ ਕੋਈ ਕੁਛ ਪਿਆ ਖੇਡਦਾ ਕੋਈ ਉੱਥੇ ਟੁਰਦੇ ਫਿਰਦੇ ਨੇ ਬੈਠਦੇ ਨੇ ਗੱਪਾਂ ਲਾਉਂਦੇ ਨੇ ਵਾਕਸ਼ਾਕ ਜਿਹੜਾ ਟਾਈਮਿੰਗ ਤੋਂ ਮੰਗੁੰਦੀ ਹੈ ਤੇ ਇਹ ਵੀ ਜਦੋਂ ਨਿਕਲਦਾ ਤੇ ਸਾਹਮਣੇ ਵਾਕ ਕਰਦਾ ਤੇ ਉਹ ਸਾਈਕਲ ਜਦੋਂ ਚਲਾਉਂਦਾ ਤੇ ਉਹ ਕਾਇਦੇ ਵੀ ਨਿਕਲੇ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਕੜੀਚੋਰ ਜਿਹੜਾ ਉਹ ਲੱਗਾ ਉਹ ਫਿਰ ਨਾਰੇ ਮਾਰਨੇ ਸ਼ੁਰੂ ਕਰ ਦਿੰਦੇ ਨੇ ਕਿ ਕੜੀਚੋਰ ਮੁਰਦਾਬਾਦ ਤੇ ਫਲਾਣਾ ਤੇ ਵਾਸ਼ਲ ਤੇ ਮੁਰਾਦ ਸੈਦ ਤੇ ਪੀਰਨੀ ਤੇ ਗੋਗੀ ਤੇ ਪਤਾ ਨਹੀਂ ਕੀ ਕੀ ਇਹਨੂੰ ਕਹਿੰਦੇ ਨੇ ਔਰ ਬਾਦ ਲੋਕ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਇਹ ਵੀ ਕਲੇਮ ਕਰ ਰਹੇ ਨੇ ਕਿ ਇਹਨੂੰ ਕੱਲ ਪਰਸੋਂ ਇਹ ਜਦੋਂ ਉਹ ਟਾਈਮ ਹੁੰਦਾ ਨਾ ਉਹ ਕਰਨ ਫਿਰੰਦਾ ਆ ਜਾਂ ਐਕਸਰਸਾਈਜ਼ ਕਰਨ ਦਾ ਜਾਂ ਵਰਕਸ਼ਾਪ ਕਰਨ ਦਾ ਟਾਈਮ ਹੁੰਦਾ ਜੇਲ੍ਹ ਦੇ ਵਿੱਚ ਘੰਟਾ ਡੇਢ ਦੋ ਤੇ ਉਹ ਇਹ ਉਲਟਾ ਲਟਕੇ ਆ ਸੀ ਯਾਨੀ ਕਿ ਲੱਤਾਂ ਉਧਾਂ ਤੇ ਸਿਰ ਥੱਲੇ ਤੇ ਕੋਈ ਕੋਈ ਸੋਚਦਾ ਪਿਆ ਹੋਵੇਗਾ ਬਈ ਨਿਸ਼ਾਨੀ ਜੇ ਆਇਆ ਪੂਰੀ ਨਹੀਂ ਆਈ ਤੇ ਉਹ ਕੋ ਚਾਰ ਪੰਜ ਕੈਦੀ ਉਥੋਂ ਲੱਗਦੇ ਸਨ ਪਹਿਲੇ ਤੇ ਉਹਨਾਂ ਰੱਖ ਪੰਜ ਸੱਤ ਚਪੇੜਾ ਮਾਰ ਕੇ ਤੇ ਉਹ ਨਸ ਗਿਆ ਆਪਣੀ ਬੈਰਕ ਗੱਲ ਇਹ ਵੀ ਕੋਈ ਲੋਕੀ ਸੋਸ਼ਲ ਮੀਡੀਆ ਤੇ ਕਲੇਮ ਕਰ ਰਹੇ ਨੇ ਪਰ ਇਹਦੀ ਸਾਡੇ ਕੋਲ ਤਸਦੀਕ ਨਹੀਂ ਕੇ ਅੰਦਰ ਇਹਨੂੰ ਚਪੇੜਾਂ ਪਈਆਂ ਨੇ ਲੇਕਿਨ ਸੋਸ਼ਲ ਮੀਡੀਆ ਦੇ ਲੋਕੀ ਕਹਿ ਰਹੇ ਨੇ ਕਿ ਇਹਨੂੰ ਚਪੇੜਾਂ ਪਈਆਂ ਨੇ ਪਰ ਪਰ ਜਿਹੜੇ ਇਹਦੇ ਕੰਮ ਨੇ ਇਹਨੂੰ ਪਈਆਂ ਹੋਣੀਆਂ ਨੇ ਤੇ ਬਾਹਰ ਇਹ ਇਹ ਕੜੀਚੋਰ ਦੇ ਨਾਰੇ ਹਰ ਰੋਜ਼ ਜਦੋਂ ਵੀ ਇਹ ਬਾਹਰ ਸਾਈਕਲ ਚਲਾਉਣ ਆਸਤੇ ਨਿਕਲਦਾ ਉੱਥੇ ਆਪਣੇ ਉਸ ਏਰੀਆ ਦੇ ਵਿੱਚ ਤੇ ਬੈਲੀ ਸ਼ੁਰੂ ਆ ਜਾਂਦੇ ਨੇ ਕਿ ਉਹ ਕੜੀਚੋਰ ਜੇ ਉਹ ਫਲਾਣਾ ਜੇ ਉਹ ਪੀਰਨੀ ਵਾਲਾ ਜੇ ਉਹ ਮਤਲਬ ਕਿ ਜੋ ਉਹਨਾਂ ਦੇ ਜ਼ਿਹਨ ਚਾਂਦੇ ਨਾ ਤੇ ਉਹ ਜ਼ਿਆਦਾਤਰ ਜਿਹੜੇ ਨਾਰੇ ਨੇ ਉਹ ਕੜੀਚੋਰ ਦੇ ਲੱਗਦੇ ਨੇ ਜਦੋਂ ਵੀ ਕੈਦੀ ਇਹਨੂੰ ਵੇਂਦੇ ਨੇ ਤੇ ਕੜੀਚੋਰ ਕੜੀਚੋਰ ਦੇ ਨਾਰੇ ਜਿਹੜੇ ਨੇ ਇਹ ਸ਼ੁਰੂ ਹੋ ਜਾਂਦੇ ਨੇ ਮੈਂ ਸਮਝਦਾ ਕਿ ਮੁਕਾਫਾ ਤੇ ਅਮਲ ਹੈ ਅੱਗੇ ਤੁਸੀਂ ਸਰਕਾਰ ਆ ਜਾਓ ਕਿ ਬਹੁਤ ਵੱਡੀ ਖਬਰ ਹੈ ਜਿਹੜੀ ਅਸੀਂ ਤੁਹਾਨੂੰ ਇਹ ਦੇ ਰਹੇ ਹਾਂ ਇਹ ਸਰਕਾਰ ਤਰੀਕੇ ਇਨਸਾਫ ਇੰਡੀਆ ਦੇ ਵਿੱਚ ਬ੍ਰਾਂਚ ਫੜੇਗੀ ਪੀਟੀਆਈ ਇੰਡੀਆ ਦੇ ਵਿੱਚ ਤਰੀਕੇ ਇਨਸਾਫ ਦੀ ਬ੍ਰਾਂਚ ਫੜੀ ਗਈ ਇਹਨ ਬਹੁਤ ਵੱਡੀ ਖਬਰ ਹੈ ਜਿਹੜੀ ਪਹੁੰਚੀ ਹੈ ਤੇ ਜਿੱਥੇ ਪਹੁੰਚਣੀ ਸੀ ਉੱਥੇ ਵੀ ਪਹੁੰਚੀ ਹੈ ਜ਼ੈਰੀ ਗੱਲ ਹੈ ਉੱਥੋਂ ਹੀ ਸਾਡੇ ਕੋਲ ਆਈ ਇਹ ਹੁੰਦਾ ਇੰਜੇ ਕਿ ਤਕਰੀਬਨ 200 ਲੋਕ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਭਰਤੀ ਕੀਤੇ ਤਰੀਕੇ ਇਨਸਾਫ ਨੇ ਤਵੱਜੂ ਇਥੇ ਪੂਰੀ ਚਾਹੀਦੀ ਹੈ ਇੰਡੀਆ ਦੇ ਮختلف ਸ਼ਹਿਰਾਂ ਦੇ ਵਿੱਚ ਉਹ ਲੋਕ ਰਹਿੰਦੇ ਨੇ ਜ਼ੈਰੀ ਗੱਲ ਹੈ ਇੰਟਰਨੈਟ ਦਾ ਤੁਹਾਨੂੰ ਪਤਾ ਅੱਜ ਕੱਲ੍ਹ ਦੌਰ ਤੇ ਬੇਰੋਜ਼ਗਾਰੀ ਵੀ ਹੁੰਦੀ ਹੈ ਔਰ ਲੋਕਾਂ ਨੂੰ ਪੈਸੇ ਵੀ ਚਾਹੀਦੇ ਹੁੰਦੇ ਨੇ ਦੁਬਈ ਦੇ ਵਿੱਚ ਜਿਹੜੀ ਤਰੀਕੇ ਇਨਸਾਫ ਦੀ ਸੋਸ਼ਲ ਮੀਡੀਆ ਟੀਮ ਹੈ ਨਾ ਇਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇਹ 5 ਅਰਬ ਰੁਪਈਆ ਮਹਾਨਾ ਖਰਚ ਕਰਦੇ ਨੇ ਇਹ ਸੋਸ਼ਲ ਮੀਡੀਆ ਤੇ ਤਰੀਕੇ ਇਨਸਾਫ ਉਹ ਪੈਸਾ ਕਿੱਥੋਂ ਆਂਦਾ ਹੈ ਇਹ ਫਾਰਨ ਫੰਡਿੰਗ ਵੇਖ ਲੋ ਤੇ ਇਸਰਾਇਲ ਵੇਖ ਲੋ ਤੇ ਸਾਰਾ ਖਾਤਾ ਤੁਸੀਂ ਵੇਖ ਲੋ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਇਹ ਦੁਬਈ ਦੇ ਵਿੱਚ ਵੀ ਜਿਹੜੇ ਸੋਸ਼ਲ ਮੀਡੀਆ ਦੇ 2 ਤੋਂ 250 ਇਹਨਾਂ ਦੇ ਵੱਡੇ ਲੋਕ ਨੇ ਨਾ ਉਹ ਇੰਡੀਅਨ ਨੇ ਤੁਸੀਂ ਫੇਸਬੁੱਕ ਵੇਖੀ ਹੋਏਗੀ ਟਵਿੱਟਰ ਵੇਖਿਆ ਹੋਏਗਾ ਇਸ ਤਰ੍ਹਾਂ ਹੋਰ ਟਿਕਟਾਕ ਇਹ ਉਹ ਉਹ ਸਾਰੀ ਜਿਹੜੀ ਗੰਦੀ ਪੋਸਟ ਹੁੰਦੀ ਏ ਉਹ ਬੰਦੇ ਰੱਖੇ ਹੁੰਦੇ ਨੇ ਠੀਕ ਹੋ ਗਿਆ ਨਾ ਇਹ ਹੁਣ ਇਨਕਸ਼ਾਫ ਹੈ ਹੁੰਦਾ ਹੈ ਚਸ਼ਮਦੀਦ ਜਿਹੜਾ ਦੁਬਈ ਦੇ ਵਿੱਚੋਂ ਇਨਕਸ਼ਾਫ ਕਰਦਾ ਔਰ ਉਹ ਬੰਦਾ ਕੰਮ ਕਰ ਚੁੱਕਿਆ ਹੈ ਸੋਸ਼ਲ ਮੀਡੀਆ ਟੀਮ ਵਿੱਚ ਉਹ ਇਨਕਸ਼ਾਫ ਕਰਦਾ ਹੈ ਕਿ ਇੰਡੀਆ ਦੇ ਵਿੱਚ 200 ਭਾਰਤੀ ਸ਼ਹਿਰੀ ਜਿਹੜੇ ਨੇ ਉਹ ਤਰੀਕੇ ਇਨਸਾਫ ਦੀ ਬ੍ਰਾਂਚ ਚਲਾ ਰਹੇ ਨੇ ਸੋਸ਼ਲ ਮੀਡੀਆ ਬ੍ਰਾਂਚ ਦੀ ਤੋਂ 40000 ਇੰਡੀਅਨ ਰੁਪਈਆ ਉਹਨਾਂ ਦੀ ਮਹਾਨਾ ਤਨਹਾਈ ਔਰ ਉਹਨਾਂ ਦੇ ਜ਼ਿਮੇ 40 40 50 50 ਟਵੀਟ ਦਿਹਾੜੀ ਦੇ 20 20 10 10 15 15 ਫੇਸਬੁੱਕ ਪੇਜ ਔਰ ਆਈਡੀਆਂ ਉਹਨਾਂ ਨੂੰ ਉਹਨਾਂ ਨੇ ਬਣਾਈਆਂ ਜਿਨ੍ਹਾਂ ਦੇ ਉੱਤੇ ਉਹ ਇਮਰਾਨ ਖਾਨ ਦੀ ਹਮਾਇਤ ਵਿੱਚ ਔਰ ਪਾਕਿਸਤਾਨ ਔਰ ਫੌਜ ਦੀ ਮੁਖਾਲਫਤ ਦੇ ਵਿੱਚ ਉਹ ਜੁੜੇ ਹੁੰਦੇ ਨੇ ਤੇ ਇਹ ਮੁxtਲਫ ਸ਼ਹਿਰਾਂ ਦੇ ਵਿੱਚ ਇਹ ਲੋਕੀ ਹੈਲੇ ਨੇ ਔਰ ਇੰਟਰਨੈਟ ਦੇ ਜ਼ਰੀਏ ਇਹਨਾਂ ਦੇ ਸਾਰੇ ਦੁਬਈ ਤੋਂ ਇੱਕ ਕੰਟਰੋਲ ਹੁੰਦੇ ਨੇ ਔਰ ਉਹਨਾਂ ਦੇ ਇੰਡੀਆ ਦੇ ਵਿੱਚ ਜਿਹੜੇ ਬੈਂਕ ਅਕਾਊਂਟ ਨੇ ਉਹਨਾਂ ਦੇ ਵਿੱਚ ਇਹ ਮੰਥਲੀ 30 ਤੋਂ 40000 ਇੰਡੀਅਨ ਰੁਪਈਆ ਜਿਹੜਾ ਉਤਰ ਆ ਜਾਂਦੀ ਹੈ ਔਰ ਉਹ ਪਿਛਲੇ ਤਕਰੀਬਨ 4 ਸਾਲ ਤੋਂ ਉਹ ਕਾਇਮ ਹੈ ਤੇ ਜਿਹੜਾ ਇੱਕ ਉਸ ਸੋਸ਼ਲ ਮੀਡੀਆ ਦਾ ਮੈਂਬਰ ਸੀ ਉਹਨੇ ਦੁਬਈ ਦੇ ਵਿੱਚ ਆ ਕੇ ਤੇ ਇਹ ਚੀਜ਼ਾਂ ਜਿਹੜੀਆਂ ਇਹ ਖੋਲੀਆਂ ਨੇ ਜਿੱਥੇ ਪਹੁੰਚਾਈਆਂ ਸਨ ਉਹ ਪਹੁੰਚਾਈਆਂ ਨੇ ਗੱਲ ਬੜੀ ਹਜੇ ਅੰਦਰ ক্লোਜ਼ ਤੇ ਮੈਂ ਜਿੰਨੀ ਕੁ ਦੱਸ ਸਕਦਾ ਸੀ ਇਹ ਮੈਂ ਤੁਹਾਨੂੰ ਦੱਸ ਛੜੀਏ ਇਹਨੂੰ ਹੁਣ ਪਈਏ ਲੱਗਣ ਗੇ ਮਜ਼ੀਦ ਚੀਜ਼ਾਂ ਜਿਹੜੀਆਂ ਨੇ ਉਹ ਬਾਹਰ ਆਣਗੀਆਂ ਕਿ ਇੰਡੀਆ ਦੇ ਵਿੱਚ ਤਰੀਕੇ ਇਨਸਾਫ ਦੀ ਸੋਸ਼ਲ ਮੀਡੀਆ ਦੀ ব্রাੰਚ ਜਿਹੜੀ ਹੈ ਉਹ ਫੜੀ ਗਈ ਹੈ ਤੇ ਘਰ ਦੇ ਭੇਦੀ ਜਿਹੜਾ ਸੀ ਨਾ ਉਹਨੇ ਹੀ ਸਾਰਾ ਕੁਝ ਜਿਹੜਾ ਪਾਂਡਾ ਫੋੜ ਦਿੱਤਾ ਤੇ ਤੁਸੀਂ ਵੇਖ ਲਓ ਬੇ ਗੱਲ ਕੇ ਸਾਧ ਤੱਕ ਵਧ ਗਈ ਹੈ ਬਹੁਤ ਸ਼ੁਕਰੀਆ